ਸਾਢੇ 4 ਵਜੇ ਦੇ ਕਰੀਬ ਮੈਂ ਬੀ ਡੀ ਆਫਿਸ 'ਚੋਂ ਨਿਕਲ ਰਿਹਾ ਸੀ ਬੀ ਡੀ ਓ ਮੈਡਮ ਨੂੰ ਮਿਲ ਕੇ। ਜਿਸ ਤੋਂ ਬਾਅਦ ਪਿੰਡ ਬੱਖੂ ਸ਼ਾਹ ਦਾ ਸਰਪੰਚ ਬਲਜਿੰਦਰ ਸਿੰਘ, ਪਿੰਡ ਬੈਖਾ ਦਾ ਸਰਪੰਚ ਓਮ ਸਿੰਘ, ਪਿੰਡ ਆਲਮ ਸ਼ਾਹ ਦਾ ਬਲਵਿੰਦਰ ਸਿੰਘ, ਪਿੰਡ ਮੰਡੀ ਹਜੂਰ ਸਿੰਘ ਦਾ ਸੰਦੀਪ ਸਿੰਘ, ਅਤੇ ਇੱਕ ਹੋਰ ਸੀ ਸਰਪੰਚ ਜਿਹੜਾ ਇਹਨਾਂ ਦਾ ਸਹਿਯੋਗੀ ਸੀ। ਇਹ ਪੰਜ ਸਰਪੰਚਾਂ ਨੇ ਮਿਲ ਕੇ ਮੈਨੂੰ ਘੇਰ ਲਿਆ ਅਤੇ ਮੈਨੂੰ ਸੱਟਾਂ ਮਾਰੀਆਂ। ਪਿੱਛੋਂ ਆ ਕੇ ਮੇਰੇ ਗਲ 'ਚ ਰੱਸਾ ਪਾ ਤਾ, ਰੱਸੇ ਨਾਲ ਮੇਰੇ ਗਲ ਨੂੰ ਘੁੱਟ ਕੇ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ। ਜਿਹੜੇ ਆ ਨਿਸ਼ਾਨ ਮੇਰੇ ਆ ਦੇਖ ਸਕਦੇ ਹੋ ਤੁਸੀਂ, ਮੇਰੇ ਆ ਗਲੇ 'ਤੇ ਵੀ ਆ, ਮੇਰੇ ਛਾਤੀ 'ਤੇ ਵੀ ਆ, ਉਹਨਾਂ ਕਸੁਰਨ ਮਾਰੇ, ਕਾਫੀ ਮੇਰੇ ਨਾਲ ਧੱਕਾ ਮੁੱਕੀ ਕੀਤੀ। ਜਿਸ ਤੋਂ ਬਾਅਦ ਕੁਝ ਉੱਥੇ ਲੋਕ ਸੀ ਮੌਜੂਦ ਹੋਏ, ਉਹਨਾਂ ਮੈਨੂੰ ਛੁਡਾਇਆ ਅਤੇ ਮੈਨੂੰ ਹੋਸਪਿਟਲ ਦਾਖਲ ਕਰਵਾਇਆ। ਤੁਹਾਡੇ 'ਤੇ ਹਮਲਾ ਕਿਉਂ ਕੀਤਾ ਗਿਆ? ਖਬਰ ਦਾ ਸੀ ਜੀ, ਕੁਝ ਦਿਨ ਪਹਿਲੇ ਮੈਂ ਇਹਨਾਂ ਦੇ ਖਿਲਾਫ ਪਿੰਡ ਬੱਖੂ ਸ਼ਾਹ ਦੀ ਕੋਈ ਖਬਰ ਲਗਵਾਈ ਸੀ, ਜਿਹਦੇ 'ਚ ਭ੍ਰਿਸ਼ਟਾਚਾਰ ਕਾਫੀ ਸਾਹਮਣੇ ਆਇਆ ਸੀ। ਪਿੰਡ 'ਚ ਜਾਂਚ ਕੀਤੀ ਗਈ ਸੀ ਸੋਸ਼ਲ ਆਡਿਟ ਟੀਮ ਵੱਲੋਂ, ਅਤੇ ਟੀਮ ਦੇ ਅਧਿਕਾਰੀਆਂ ਵੱਲੋਂ ਵੀ ਕਿਹਾ ਜਾ ਰਿਹਾ ਸੀ ਵੀ ਇਹਦੇ 'ਚ ਲੱਖਾਂ ਦਾ ਭ੍ਰਿਸ਼ਟਾਚਾਰ ਕੀਤਾ ਆ, ਜਿਹਦੀ ਮੈਂ ਖਬਰ ਇਲੈਕਟ੍ਰੋਨਿਕ ਮੀਡੀਆ 'ਚ ਲਗਵਾਈ ਸੀ। ਅਤੇ ਜਿਸ ਖਬਰ ਦੀ ਵਜ੍ਹਾ ਕਰਕੇ ਹੀ ਉਹ ਮੇਰਾ ਰੰਜਿਸ਼ ਰੱਖਣ ਲੱਗ ਗਿਆ ਸੀ, ਜਿੰਨਾ ਉਹਨਾਂ ਦਾ ਮੈਂ ਬੀ ਡੀ ਓ ਦਫ਼ਤਰ 'ਚ ਉਹਨਾਂ ਨੂੰ ਮੌਕਾ ਮਿਲਿਆ ਅਤੇ ਮੇਰੇ ਨਾਲ ਮਾਰਕੁੱਟ ਕੀਤੀ। ਹਮਲਾ ਕਿਹਨੇ ਕੀਤਾ ਤੁਹਾਡੇ 'ਤੇ? ਪਹਿਲੇ ਤਾਂ ਜੀ ਪਿੰਡ ਬੱਖੂ ਸ਼ਾਹ ਦੇ ਸਰਪੰਚ ਨੇ ਕੀਤਾ, ਉਸ ਤੋਂ ਬਾਅਦ ਇੱਕ ਹਰਨੇਕ ਸਿੰਘ ਸੀ ਸਾਬਕਾ ਸਰਪੰਚ ਪਿੰਡ ਉਜਲੀ ਦਾ, ਉਹ ਆ ਗਿਆ, ਅਤੇ ਮਗਰ ਹੀ ਦੂਸਰੇ ਸਰਪੰਚ ਜਿਹੜੇ 3 ਸੀ ਉਹ ਵੀ ਆ। ਇਹਨਾਂ 5 ਜਣੇ ਸੀ ਜਿਹਨਾਂ ਮੇਰੇ ਨਾਲ ਮਾਰਕੁੱਟ ਕੀਤੀ ਹੈ। ਕਿੱਥੇ ਕਿੱਥੇ ਸੱਟਾਂ ਵੱਜੀਆਂ ਤੁਹਾਡੇ? ਸੱਟਾਂ ਮੇਰੇ ਜੀ ਸਿਰ 'ਚ ਕਸੁੰਨ ਮਾਰੇ ਆ, ਅੱਗੇ ਪਿੱਛੇ ਖੁੱਤੀ 'ਤੇ, ਇੱਥੇ ਗਲੇ 'ਤੇ ਰੱਸੀ ਨਾਲ ਜੀ ਕਾਫੀ ਗਲ ਪੁੱਟੀ ਰੱਖਿਆ, ਆਹ ਛਾਤੀ 'ਤੇ ਕਾਫੀ ਕਸੁੰਨ ਮਾਰੇ ਜੀ। ਅਤੇ ਪ੍ਰਸ਼ਾਸਨ ਨੇ ਕੋਈ ਕਾਰਵਾਈ ਕੀਤੀ ਹੈ? ਨਹੀਂ ਜੀ, ਪੁਲਿਸ ਵਾਲੇ ਆਏ ਸੀ, ਉਹ ਉਲਟਾ ਦਬਾਅ ਮੇਰੇ 'ਤੇ ਹੀ ਪਾ ਰਹੇ ਸੀ, ਕਹਿੰਦੇ ਵੀ ਤੂੰ ਬਿਆਨ ਇਸ ਤਰ੍ਹਾਂ ਲਿਖਾ, ਇਸ ਤਰ੍ਹਾਂ ਲਿਖਾ, ਨਹੀਂ ਤਾਂ ਤੇਰੇ 'ਤੇ ਪਰਚਾ ਹੋ ਜਾਏਗਾ। ਮੈਂ ਕਿਹਾ ਮੇਰੇ ਬਿਆਨ ਜੋ ਮੇਰੇ ਨਾਲ ਹਕੀਕਤ ਹੋਈ ਮੈਂ ਲਿਖਾਉਣਾ, ਅਤੇ ਮੈਂ ਗਲਤ ਹੋਵਾਂਗਾ ਮੇਰੇ 'ਤੇ ਪਰਚਾ ਕਰੋ। ਪਰ ਮੇਰੇ 'ਤੇ ਦਬਾਅ ਪਾਇਆ ਜਾ ਰਿਹਾ ਅਤੇ ਮੈਨੂੰ ਨਹੀਂ ਲੱਗਦਾ ਵੀ ਇਹ ਰਾਜਨੀਤਿਕ ਦਬਾਅ ਕਰਕੇ ਇਹਨਾਂ 'ਤੇ ਕੋਈ ਕਾਰਵਾਈ ਹੋਵੇਗੀ। ਹੁਣ ਤੁਸੀਂ ਕੀ ਮੰਗ ਕਰ ਰਹੇ? ਮੈਂ ਤਾਂ ਇਹ ਮੰਗ ਕਰਦਾ ਜਿਹੜਾ ਉਹਨਾਂ ਇੱਕ ਪੱਤਰਕਾਰ 'ਤੇ ਹਮਲਾ ਕੀਤਾ ਹੈ, ਪੱਤਰਕਾਰ 'ਤੇ, ਪੱਤਰਕਾਰ ਨੂੰ ਦਬਾਉਣ ਦੀ ਕੋਸ਼ਿਸ਼ ਹੈ, ਪੱਤਰਕਾਰ ਦੀ ਆਜ਼ਾਦੀ ਨੂੰ ਜਿਹੜੇ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਹਨਾਂ ਦੇ ਖਿਲਾਫ਼ ਜੋ ਕਾਨੂੰਨੀ ਕਾਰਵਾਈ ਬਣਦੀ ਸਖ਼ਤ ਸਖ਼ਤ ਕੀਤੀ ਜਾਵੇ ਤਾਂ ਕਿ ਹੋਰ ਕੋਈ ਪੱਤਰਕਾਰ 'ਤੇ ਹਮਲਾ ਕਰਨ ਦੀ ਕੋਸ਼ਿਸ਼ ਨਾ ਕਰ ਸਕੇ। ਮੇਰਾ ਨਾਮ ਸ਼ਵੇਕ ਸਿੰਘ, ਪਿੰਡ ਚੰਗੜ ਪੈਣੀ, ਅਸਤਾ ਕਲਾਂ, ਜੌਨ ਨੰਬਰ 10 ਤੋਂ ਬਲਾਕ ਸੰਮਤੀ ਮੈਂਬਰ। ਜੋ ਇਹ ਅੱਜ ਕ੍ਰਿਸ਼ਨ ਸਿੰਘ ਪੱਤਰਕਾਰ 'ਤੇ ਹਮਲਾ ਹੋਇਆ ਹੈ, ਅਸੀਂ ਉਹਦੀ ਗੌਰ ਨਿੰਦਾ ਕਰਦੇ ਹਾਂ, ਕਿਉਂਕਿ ਜੇ ਮੀਡੀਆ ਜਿਹੜਾ ਲੋਕਾਂ ਨੂੰ ਇਨਸਾਫ਼ ਦਵਾਉਣ ਵਾਲਾ ਚੌਥਾ ਦੇਸ਼ ਦੇ ਵਿੱਚ ਕੰਮ ਹੈ, ਜੇ ਮੀਡੀਆ ਨੂੰ ਹੀ ਇਸ ਤਰ੍ਹਾਂ ਦਬਾਇਆ ਜਾਵੇਗਾ ਤਾਂ ਆਮ ਲੋਕਾਂ ਨਾਲ ਕਿਸ ਤਰ੍ਹਾਂ ਦੇ ਹਾਲਾਤ ਹੋਣਗੇ ਆਪਣੇ ਦੇਸ਼ ਵਿੱਚ। ਇਹ ਜੋ ਹਮਲਾ ਕਰਨ ਵਾਲੇ ਸਰਪੰਚ ਨੇ, ਜਿਵੇਂ ਬੱਖੂ ਸ਼ਾਹ ਦਾ ਸਰਪੰਚ, ਆਲਮ ਸ਼ਾਹ ਦਾ ਸਰਪੰਚ, ਔਰ ਜਿਹੜਾ ਇਧਰੋਂ ਬੈਖਾਸ ਦਾ ਅਤੇ ਉਹਦਾਂ ਦਾ ਅਤੇ ਹਜੂਰ ਸਿੰਘ ਮੰਡੀ ਦਾ ਜਿਹੜਾ ਸਰਪੰਚ, ਇਹਨਾਂ ਨੇ ਜੋ ਕਾਰਵਾਈ ਹਮਲਾ ਕੀਤਾ ਹੈ ਕ੍ਰਿਸ਼ਨ ਸਿੰਘ 'ਤੇ, ਇਹਨਾਂ ਦੇ ਖਿਲਾਫ਼ ਕੜੀ ਤੋਂ ਕੜੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ, ਔਰ ਸਲਾਖਾਂ ਦੇ ਪਿੱਛੇ ਇਹਨਾਂ ਨੂੰ ਸੱਟਾ ਜਾਣਾ ਚਾਹੀਦਾ ਹੈ, ਕਿਉਂਕਿ ਅਗਾਂਹ ਆਉਣ ਵਾਲੇ ਸਮੇਂ ਵਿੱਚ ਕਿਸੇ ਵੀ ਪੱਤਰਕਾਰ 'ਤੇ ਉਹ ਜੀ ਕੋਈ ਘਟਨਾ ਨਾ ਵਾਪਰ ਸਕੇ। ਤੁਸੀਂ ਕੀ ਮੰਗ ਕਰ ਰਹੇ ਹੋ? ਅਸੀਂ ਮੰਗ ਕਰਨੇ ਵੀ ਇਹਨਾਂ ਦੇ ਖਿਲਾਫ਼ ਜੋ ਇਹਨਾਂ ਨੇ ਵੱਡੇ ਤੌਰ 'ਤੇ ਹਮਲਾ ਕੀਤਾ ਹੈ, ਨੁਕਸਾਨ ਪਹੁੰਚਾਇਆ ਹੈ, ਉਸ ਮੁਤਾਬਕ ਕਾਨੂੰਨੀ ਕਾਰਵਾਈ ਜਿਹੜੀ ਬਣਦੀ ਹੈ ਇਹਨਾਂ ਦੇ ਖਿਲਾਫ਼ ਹੋਣੀ ਚਾਹੀਦੀ ਹੈ। ਕਿਉਂਕਿ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ 'ਚ ਕੰਮ ਕਰਦਾ ਪਿਛਲੇ ਲੰਬੇ ਸਮੇਂ ਤੋਂ, ਜੋ ਕਿ ਕ੍ਰਿਸ਼ਨ 'ਤੇ ਕੱਲ੍ਹ ਹਮਲਾ ਹੋਇਆ ਲਗਭਗ 5 ਵਜੇ ਦੇ ਕਰੀਬ ਬੀ ਡੀ ਪੀ ਓ ਦਫ਼ਤਰ ਫਾਜ਼ਿਲਕਾ ਵਿੱਚ। ਉਸ ਸੰਬੰਧਿਤ ਜਿਹੜਾ ਕਿ ਉੱਥੇ ਵਾਪਰਿਆ ਹਮਲਾ, ਜਿਹੜੇ ਸਰਪੰਚ, ਜਿਹੜੇ 4-5 ਸਰਪੰਚ ਪਿੰਡਾਂ ਦੇ ਇਕੱਠੇ ਹੋ ਕੇ ਉਹਦੇ ਗਲ ਪੈਣ ਦੀ ਗੱਲ ਹੈ, ਉਹਦਾ ਗਲਾ ਕੁੱਟਣ ਦੀ ਗੱਲ ਹੈ, ਜੋ ਗਲੇ 'ਤੇ ਉਹਦੇ ਨਿਸ਼ਾਨ ਵੀ ਬਣੇ ਹੋਏ ਨੇ, ਅਤੇ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਹ ਮਾਰਨ ਦੀ ਕੋਸ਼ਿਸ਼ ਕਿਉਂ ਕੀਤੀ ਗਈ ਹੈ? ਉਹਨੇ ਜੋ ਕਿ ਪਿੰਡ ਬੱਖੂ ਸ਼ਾਹ ਸਰਪੰਚ ਦੀ, ਉੱਥੋਂ ਦੀ ਆਰ ਟੀ ਲਾ ਕੇ ਉਹਨਾਂ ਸਾਥੀਆਂ ਨੂੰ, ਉਹਨਾਂ ਪਿੰਡ ਦੇ ਸਾਥੀਆਂ ਨੇ ਜਾਣਕਾਰੀ ਮੰਗੀ ਸੀ। ਇਸ ਬੰਦੇ ਨੇ ਕਵਰੇਜ ਕਰਕੇ, ਜੋ ਕ੍ਰਿਸ਼ਨ ਸਿੰਘ ਪ੍ਰੈਸ ਰਿਪੋਰਟਰ ਹੈ, ਇਹਨੇ ਕਵਰੇਜ ਕਰਕੇ ਆਪਣੇ ਚੈਨਲ 'ਚ ਖਬਰ ਲਾਈ ਹੈ, ਜੋ ਕਿ ਇਹਨੂੰ ਪੈਸੇ ਵੀ ਦੇਣ ਦੇ ਨਾਲ ਗੱਲ ਕੀਤੀ, ਇਹਨੇ ਲਾਲਚ ਨਹੀਂ ਲਿਆ, ਆਪਣੀ ਖਬਰ ਲਾਈ ਪੂਰੀ ਠੋਕ ਕੇ, ਇਸ ਕਰਕੇ ਉਹਨਾਂ ਨੇ ਇਸ 'ਤੇ ਹਮਲਾ ਕੀਤਾ ਅਤੇ ਜਾਨੀ ਨੁਕਸਾਨ ਵੀ ਹੋ ਸਕਦਾ ਇਸ ਬੰਦੇ ਦਾ, ਇਸ ਲਈ ਤਾਂ ਇਹਨੂੰ ਅੱਗਾਂ ਵੀ ਖਤਰਾ ਹੈ। ਅਸੀਂ ਇਹ ਮੰਗ ਕਰਦੇ ਹਾਂ ਕਿ ਜਿਹੜਾ ਕ੍ਰਿਸ਼ਨ ਸਿੰਘ 'ਤੇ ਪੱਤਰਕਾਰ 'ਤੇ ਹਮਲਾ ਹੋਇਆ ਹੈ, ਉਸ ਨਾਲ ਜਿਹਨਾਂ ਨੇ ਕੀਤਾ ਹੈ ਸਰਪੰਚਾਂ ਨੇ, ਉਹਨਾਂ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਇਹ ਸਰ ਜੋ ਹਮਲਾ ਹੋਇਆ ਇਹ ਬੀ ਡੀ ਦਫ਼ਤਰ ਦੇ ਅੰਦਰ ਹੋਇਆ ਜਾਂ ਬਾਹਰ ਹੋਇਆ? ਇਹ ਜੀ ਬੀ ਡੀ ਪੀ ਓ ਦਫ਼ਤਰ ਦੇ ਜਦੋਂ ਗੇਟ 'ਚ ਐਂਟਰੀ ਕਰਦੇ ਹਾਂ ਤਾਂ ਉਹਦੇ ਅੰਦਰ ਹੋਇਆ ਜੀ, ਬਿਲਕੁਲ ਬਾਹਰ ਨਹੀਂ, ਅੰਦਰ ਜਾ ਕੇ। ਉੱਥੇ ਕੋਈ ਪੁਲਿਸ ਅਧਿਕਾਰੀ ਜਾਂ ਕੋਈ ਪ੍ਰਸ਼ਾਸਨ ਦਾ? ਉੱਥੇ ਪ੍ਰਸ਼ਾਸਨ ਦੇ ਬੰਦੇ ਹੈਗੇ ਨੇ, ਜਦੋਂ ਰੌਲਾ ਰੱਪਾ ਪਿਆ ਪ੍ਰਸ਼ਾਸਨ ਦੇ ਬੰਦੇ ਬਾਹਰ ਆ ਚੁੱਕੇ ਸੀ, ਉਹ ਦੇਖ ਰਹੇ ਸੀ, ਅਤੇ ਹੋਰ ਵੀ ਆਸ ਪਾਸ ਦੇ ਲੋਕ ਜਿਹੜੇ ਦੇਖ ਸੀ, ਬਾਕੀ ਕੋਈ ਪ੍ਰਸ਼ਾਸਨ ਦਾ ਪੁਲਿਸ ਮੁਲਾਜ਼ਮ ਵਗੈਰਾ ਨਹੀਂ ਸੀ, ਜਿਹੜੇ ਅੰਦਰ ਅਧਿਕਾਰੀ ਜੋਬ ਕਰਦੇ ਨੇ, ਕੰਮ ਕਰਦੇ ਨੇ, ਉਹ ਉੱਥੇ ਸੀ ਮੁਲਾਜ਼ਮਾਂ। ਉਹਨਾਂ ਨੇ ਕਿਸੇ ਨੂੰ ਛੁਟਾਇਆ ਨਹੀਂ ਸਰ? ਨਹੀਂ ਜੀ। ਹਾਂਜੀ, ਕੀ ਨਾਮ ਹੈ ਜੀ? ਬਲਜਿੰਦਰ ਸਿੰਘ।
ਅੱਛਾ ਕੀ ਹੋਇਆ ਜਿਹੜਾ ਉੱਥੇ ਬੀ ਡੀ ਓ ਦਫ਼ਤਰ ਦੇ ਵਿੱਚ? ਉਹ ਜੀ ਕੱਲ੍ਹ ਹੈਗਾ ਸੀ ਟਾਈਮ 4:30 ਦੇ ਕਰੀਬ ਟਾਈਮ ਹੋਣਾ, ਮੈਂ ਬੀ ਡੀ ਓ ਦਫ਼ਤਰ ਗਿਆ ਸੀ ਅਤੇ ਬਲਵਿੰਦਰ ਸਰਪੰਚ ਅਤੇ ਮੈਂ ਅਤੇ ਕ੍ਰਿਸ਼ਨ ਜਿਹੜਾ ਹੈਗਾ ਇਹ ਪੱਤਰਕਾਰ ਹੈ, ਪਤਾ ਨਹੀਂ ਕਿਹੜੇ ਚੈਨਲ ਦੇ, ਮੈਨੂੰ ਤਾਂ ਪਤਾ ਨਹੀਂ, ਬਾਹਰ ਆ ਰਿਹਾ ਸੀ ਉੱਥੋਂ ਬੀ ਡੀ ਓ ਸਾਹਿਬ ਦੇ ਕਮਰੇ 'ਚੋਂ ਅਤੇ ਮੈਂ ਇੱਧਰੋਂ ਬੀ ਡੀ ਓ ਦਫ਼ਤਰ ਹੀ ਵੜਦਾ ਪਿਆ ਸੀ ਅਤੇ ਮੈਨੂੰ ਕਹਿੰਦਾ ਗੱਲ ਸੁਣ ਸਰਪੰਚ, ਮੈਂ ਹਾਂਜੀ ਦੱਸੋ, ਤੇਰੇ ਪਿੰਡ ਮੈਂ ਗਿਆ ਸੀ ਅਤੇ ਇਸ ਤਰ੍ਹਾਂ ਤੇਰੇ ਪਿੰਡ ਦੀ ਮੈਂ ਖਬਰ ਚਲਾਈ ਸੀ, ਮੈਂ ਚਲਾ ਤੀ ਯਾਰ ਬਸ ਠੀਕ ਹੈ, ਇਹਨਾਂ ਨਾਲ ਕੈਮਰਾ ਇੱਕ ਮੋਬਾਈਲ ਕੈਮਰਾ ਲਾ ਲਿਆ ਮੇਰੇ ਇਸ ਤਰ੍ਹਾਂ ਇਹਨੇ ਨੇ ਅਤੇ ਮੈਨੂੰ ਕਹਿੰਦਾ ਤੇਰੇ ਪਿੰਡ ਭ੍ਰਿਸ਼ਟਾਚਾਰ ਆਇਆ ਉਹ ਪਲਾਨ, ਮੈਂ ਯਾਰ ਉਹਦੀ ਇਨਕੁਆਇਰੀ ਹੋ ਜਾਏਗੀ ਜੋ ਸਹੀ ਹੋਇਆ, ਜੇ ਮੈਂ ਭ੍ਰਿਸ਼ਟਾਚਾਰ ਕੀਤਾ ਤਾਂ ਮੇਰੇ 'ਤੇ ਕਾਰਵਾਈ ਹੋ ਜਾਊਗੀ, ਜੇ ਨਹੀਂ ਕੀਤਾ ਤਾਂ ਮੈਂ ਸਾਫ ਹੈ ਤਾਂ ਸਾਫ ਹੋ ਜਾਊਗਾ, ਇਹਨੇ ਨਾ ਕੈਮਰਾ ਲਾ ਲਿਆ ਮੇਰੀ ਰਿਕਾਰਡਿੰਗ ਕਰਨ ਹੋ ਗਿਆ, ਮੈਂ ਉਹਨੂੰ ਕਿਹਾ ਯਾਰ ਕੈਮਰਾ ਬੰਦ ਕਰ ਦੇ ਤੂੰ, ਕੀ ਇਹਨੇ ਕੀਤਾ ਵੀ ਉਹ ਕੈਮਰਾ ਮੈਂ ਹੱਥ ਮਾਰਿਆ ਤੇ ਇਹਦਾ ਮੋਬਾਈਲ ਤੇ ਕੈਮਰਾ ਚੱਲਦਾ ਸੀ ਉਹ ਡਿੱਗ ਗਿਆ, ਇਹਨੇ ਮੇਰੇ ਗਲਵੇਂ ਤੇ ਫੜ ਲਿਆ, ਮੈਂ ਇਹਦੇ ਗਲਵੇਂ ਤੇ ਫੜ ਲਿਆ, ਹੱਥੋਂ ਪਾਈ ਹੋਈ ਹੈ। ਉਸ ਤੋਂ ਬਾਅਦ ਇੱਕ ਹਰਨੇਕ ਹੈਗਾ ਸੀ ਤੇ ਬਲਵਿੰਦਰ ਸਰਪੰਚ ਸੀ ਇਹ ਪਰ ਖੜੇ ਸੀ ਤੇ ਇਹਨਾਂ ਆ ਕੇ 2-4 ਹੋਰ ਵੀ ਬੰਦੇ ਹੈਗੇ ਸੀ ਉੱਥੇ, ਕਾਫੀ ਬੰਦੇ ਸੀ 50-100 ਦੇ ਕਰੀਬ ਹੋਣਗੇ, ਇਹਨਾਂ ਨੇ ਕਾਫੀ ਬੰਦਿਆਂ ਨੇ ਮੈਨੂੰ ਆ ਕੇ ਛਡਾ ਛੱਡੂ ਦਿੱਤਾ ਸਾਨੂੰ, ਇਹ ਆਪ ਦਾ ਉੱਥੋਂ ਆਪ ਤੇ ਚਲਾ ਗਿਆ ਕਿੱਧਰ ਵੀਡੀਓ ਦਫ਼ਤਰ ਤੋਂ ਬਾਹਰ, ਮੈਂ ਆਪ ਚਲਾ ਗਿਆ, ਮੈਂ ਐਪਲੀਕੇਸ਼ਨ ਦਿੱਤੀ ਇੱਕ ਸਿਟੀ ਥਾਣੇ ਐਸ ਐਚ ਓ ਸਾਹਿਬ ਨੂੰ ਵੀ ਇਹਨੇ ਮੇਰੇ ਨਾਲ ਇਸ ਤਰ੍ਹਾਂ ਦਾ ਕੀਤਾ ਹੈ, ਮੇਰੇ ਨਾਲ ਬਦਸਲੂਕੀ ਕੀਤੀ, ਮੈਂ ਸਰਪੰਚ ਹੈ ਬੱਕੂ ਸ਼ਾਹ ਦਾ ਅਤੇ ਅੱਗੇ ਵੀ ਇਹਨੇ ਮੇਰੀ ਛਵੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ, ਮੇਰੇ ਕੋਲ ਗੱਡੀਆਂ ਵਗੈਰਾ ਮੇਰੀ ਇਨਕੁਆਇਰੀ ਕੀਤੀ ਜਾਏ, ਜੇ ਮੇਰੇ ਕੋਲ ਗੱਡੀ ਕੋਈ ਸਾਬਤ ਹੁੰਦੀ ਹੈ ਜਾਂ ਕੋਈ ਮੇਰੇ ਤੋਂ ਐਡੀ ਮੈਂ ਪ੍ਰੋਪਰਟੀ ਬਣਾ ਲਈ ਮੇਰੇ 'ਤੇ ਪਰਚਾ ਦਰਜ ਕਰ ਦੇਣਾ, ਪਰ ਜੇ ਇਸ ਤਰ੍ਹਾਂ ਦਾ ਨਾ ਮੈਨੂੰ ਇਹਨੇ ਬੰਦੇ ਨੇ ਬਹੁਤ ਜ਼ਿਆਦਾ ਪਰੇਸ਼ਾਨ ਕੀਤਾ ਹੋਇਆ ਵੀ ਨਾ ਮਤਲਬ ਦਾ ਇਹਨੇ, ਜੇ ਬਹੁਤ ਗਲਤ ਕਰ ਰਹੇ ਆ, ਕੱਲ੍ਹ ਮੇਰੇ ਗਲ ਪੈ ਗਏ ਨੇ, ਕੱਲ੍ਹ ਵੀ ਮੇਰੇ ਨਾਲ ਮਿਸ ਜਿਹੜੀਆਂ ਉਹ ਕਹਿੰਦਾ ਵੀ ਮੇਰੇ ਗਲੇ 'ਚ ਰੱਸੀ ਪਾਈ ਹੈ, ਜੇ ਰੱਸੀ ਤਾਂ ਉੱਥੇ ਘੱਟ ਤੋਂ ਘੱਟ 100 ਬੰਦਾ ਸੀ ਉਹ ਹੀ ਦੱਸ ਦੇਣਗੇ ਵੀ ਇੱਕ ਬੰਦਾ ਇੱਕ ਨੂੰ ਕਿਵੇਂ ਰੱਸੀ ਪਾ ਸਕਦਾ ਅਤੇ ਕਿਵੇਂ ਕਰ ਸਕਦਾ, ਇੱਕ ਮੈਂ ਨਹੀਂ ਸੀ ਉੱਥੇ ਜੀ, 100 ਬੰਦਾ ਸੀ ਕਰੀਬ, ਸਾਰੇ ਹੈਗੇ ਸੀ ਇੱਕ ਬੰਦੇ, ਸਾਰਾ ਸਟਾਫ ਸੀ, ਸਾਰੇ ਹੋਰ ਵੀ ਬੰਦੇ ਹੈਗੇ ਸੀ ਕਾਫੀ, ਅਤੇ ਜਿਹੜੀ ਰੱਸੀ ਦੀ ਗੱਲ ਹੈ ਨਾ, ਮੇਰੇ ਪਿੰਡ ਦਾ ਮੁੰਡੇ ਅਕਲਵੰਤ ਸਿੰਘ ਬਲਵੰਤ ਹੈ ਅਤੇ ਉਹ ਕੁਲਦੀਪ ਸਿੰਘ ਵਗੈਰਾ ਨੇ, ਇਹ ਬੰਦੇ ਜਿਹੜੇ ਅੰਤਰਰਾਸ਼ਟਰੀ ਨੇ ਮੇਰੇ ਖਿਲਾਫ਼ ਵੀ, ਇਹਦੇ 'ਤੇ ਕਿਵੇਂ ਪਰਚਾ ਦਰਜ ਕਰਾ ਕੇ ਵੀ ਇਹਨੂੰ ਇਲੈਕਸ਼ਨ ਸਰਪੰਚੀ ਦਾ ਆ ਰਿਹਾ ਇਹਨੂੰ ਸਾਈਡ 'ਤੇ ਕਰੀਏ ਕਿਵੇਂ ਮਰਜ਼ੀ, ਅਤੇ ਪਰ ਜੇ ਜਨਤਾ ਨਾਲ ਹੈ ਤਾਂ ਇਹ ਕੀ ਕਰ ਸਕਦੇ ਨੇ, ਇਹਨਾਂ ਨੇ ਰੱਸੀ ਵਾਹ ਕੇ ਜਾ ਕੇ ਕਿੱਧਰ ਲਿਜਾ ਕੇ ਇਹਨਾਂ ਨੇ ਰੱਸੀ ਵਾਹ ਕੇ ਗਲੇ 'ਚ ਰੱਸੀ ਪਾ ਕੇ ਨਾ ਵਾਹ ਕੇ ਇਹਨੂੰ ਐਡਮਿਟ ਕਰਾ ਦਿੱਤਾ, ਰੱਸੀ ਨੂੰ ਰੰਗ ਰੁੰਗ ਵਗੈਰਾ ਲਾ ਤੇ, ਇਹੋ ਜਿਹੀ ਕੋਈ ਗੱਲ ਨਹੀਂ ਹੋਈ ਜਿੰਦੀ ਇਹਦਾ ਗਲਾ ਕੁੱਟਿਆ ਹੋਵੇ ਜਾਂ ਇਹ ਨਾ, ਮੈਂ ਮੇਰੇ ਤੋਂ ਵੈਸੇ ਵੀ ਤੁਸੀਂ ਦੇਖੋ ਨਾ ਉਹਦਾ ਕੱਦ ਅਤੇ ਮੇਰੇ ਕੱਦ ਦਾ ਵੀ ਫਰਕ ਹੈ, ਐਡੀ ਗੱਲ ਨਹੀਂ ਵੀ ਮੈਂ ਹੁੰਦੇ ਜਾ ਕੇ ਰੱਸੀ ਪਾ ਦੇਣਾ ਤਾਂ ਮਾਰਦਾ, ਉਹ ਦੂਸਰੇ ਸਰਪੰਚਾਂ ਦਾ ਨਾਮ ਲੈ ਰਿਹਾ ਵੀ ਉਹ ਉਹਨਾਂ ਨੇ ਨਾਲ ਰਲ ਕੇ 4 ਜਣਿਆਂ ਨੇ ਹੋਰ ਨਾਲ ਰਲ ਕੇ ਵੀ, ਹਾਂਜੀ ਉਹ ਸਰਪੰਚ ਜੀ ਸਾਡੇ ਤੋਂ ਕਰੀਬ 100 ਫੁੱਟ ਦੇ 70-80 ਜਾਂ 100 ਫੁੱਟ ਦੇ ਕਰੀਬ ਸਾਡੇ ਤੋਂ ਦੂਰੀ 'ਤੇ ਸੀਗੀ, ਜਦੋਂ ਅਸੀਂ ਇੱਕ ਦੂਜੇ ਦੇ ਗੁੱਤਮ ਗੁੱਤੀ ਹੋਏ ਉਹ ਸਾਰੇ ਭੱਜ ਕੇ ਆਏ ਨੇ, ਇੱਕ ਉਹ ਸਰਪੰਚ ਹੀ ਨਹੀਂ ਸੀ ਨਾ, ਹੋਰ ਵੀ ਸੀ, ਹੋਰ ਵੀ ਪਬਲਿਕ ਹੈਗੀ ਸੀ, ਇਕੱਲੇ ਉਹ ਸਰਪੰਚ ਵੀ ਨਹੀਂ ਸੀ, ਹੋਰ ਪਬਲਿਕ ਵੀ ਹੈਗੀ ਸੀ ਉੱਥੇ, ਆਮ ਪਬਲਿਕ ਵੀ ਸੀ, ਸਟਾਫ ਵੀ ਸੀਗਾ, ਮਤਲਬ ਤੁਹਾਡੇ ਕਹਿਣ ਦਾ ਮਤਲਬ ਉੱਥੇ ਸਿਰਫ ਹੱਥੋਂ ਪਾਈ ਹੋਈ ਹੈ ਕੋਈ ਰੱਸੀ ਵਾਲੀ ਜਾਂ ਕੋਈ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ, ਫਿਰ ਜੀ ਵੇਖੋ ਮੈਂ ਵੀ ਹੁਣ ਰੱਸੀ ਲੈ ਕੇ ਜਦੋਂ ਮੈਂ ਆਇਆ ਮੈਨੂੰ ਤਾਂ ਇਹ ਪਤਾ ਨਹੀਂ ਸੀ ਵੀ ਉੱਥੇ ਕ੍ਰਿਸ਼ਨ ਆਇਆ ਹੋਇਆ ਜਾਂ ਮੈਂ ਘਰੋਂ ਰੱਸੀ ਦੇ ਇੰਤਜ਼ਾਮ ਕਰਕੇ ਲਿਆਂਦਾ ਹੋਵੇ ਜਾਂ ਮੈਂ ਇਹਦੇ 'ਤੇ, ਇਹੋ ਜਿਹੀ ਤਾਂ ਹੈ ਕੋਈ ਗੱਲ ਨਹੀਂ। ਮੇਰਾ ਨਾਮ ਹਰਨੇਕ ਸਿੰਘ, ਮੈਂ ਸਾਬਕਾ ਸਰਪੰਚ ਪਿੰਡ ਓਜਾਂ ਵਾਲੀ ਤੋਂ। ਹਾਂਜੀ, ਆਹ ਜਿਹੜਾ ਬੀ ਡੀ ਓ ਦਫ਼ਤਰ ਦੇ ਵਿੱਚ ਹੋਇਆ ਕ੍ਰਿਸ਼ਨ ਨਾਲ ਪੱਤਰਕਾਰ ਨਾਲ, ਅਤੇ ਤੁਹਾਡਾ ਨਾਮ ਵੀ ਲੈ ਰਹੇ ਵੀ ਤੁਸੀਂ ਵੀ ਸੀਗੇ ਜਿਹੜੇ। ਉਹ ਦੇਖੋ ਜੀ, ਉਸ ਬੰਦੇ ਦੀ ਗੱਲ ਕਰੀਏ ਕ੍ਰਿਸ਼ਨ ਦੀ, ਤਾਂ ਕ੍ਰਿਸ਼ਨ ਨੇ ਬੜਾ ਕੁਛ ਕੀਤਾ ਹੈ, ਜੇ 5 ਸਾਲ ਪੁਰਾਣਾ ਰਿਕਾਰਡ ਵੇਖੋ, ਉਹਨੇ ਜਿੰਨੀਆਂ ਵੀ ਇਨਕੁਆਇਰੀਆਂ ਜਾਂ ਜੋ ਵੀ ਉਹਨੇ ਖਬਰਾਂ ਸਾਰੇ ਸਰਪੰਚਾਂ ਦੇ ਅਤੇ ਜ਼ਿੰਮੇਵਾਰ ਬੰਦਿਆਂ ਦੇ ਖਿਲਾਫ਼ ਹੀ ਲਾਈਆਂ ਨੇ, ਜਾਂ ਮੁਲਾਜ਼ਮਾਂ ਦੇ ਖਿਲਾਫ਼ ਲਾਈਆਂ ਨੇ, ਪੁਲਿਸ ਦੇ ਖਿਲਾਫ਼ ਲਾਈਆਂ ਨੇ, ਇਹ ਇੱਕ ਆਪ ਭ੍ਰਿਸ਼ਟ ਬੰਦਾ ਹੈ। ਉੱਚ ਅਧਿਕਾਰੀ ਡੀਸੀ ਸਾਹਿਬ, ਏਡੀਸੀ ਸਾਹਿਬ ਤੋਂ ਪੁੱਛਿਆ ਜਾਏ ਜਾਂ ਕਿਸੇ ਹੋਰ ਤੋਂ ਵੀ ਪੁੱਛਿਆ ਜਾਏ, ਹਰੇਕ ਨੂੰ ਪਤਾ ਹੈ ਇਹਦੇ ਬਾਰੇ, ਇਹਦੇ ਐਕਸ ਬਾਰੇ ਹਰੇਕ ਨੂੰ ਪਤਾ ਹੈ। ਜਿਹੜੀ ਕੱਲ੍ਹ ਦੀ ਘਟਨਾ ਹੈ, ਗੱਲ ਹੈ, ਅਸੀਂ ਕਰੀਬ ਇਹਨਾਂ ਦੀ ਲੜਾਈ ਤੋਂ 70-80 ਫੁੱਟ ਦੂਰ ਖੜ੍ਹੇ ਸੀ, ਬਲਵਿੰਦਰ ਸਿੰਘ ਸਰਪੰਚ, ਓਮ ਸਿੰਘ ਸਾਰੇ ਖੜ੍ਹੇ ਸੀਗੇ। ਇਹ ਜਿਹੜਾ ਹੈਗਾ ਇਹਨੇ ਬਲਜਿੰਦਰ ਸਿੰਘ ਸਰਪੰਚ ਨੂੰ ਬੁਲਾਇਆ, ਇਹ ਜਦੋਂ ਚੱਲ ਕੇ ਇਹਦੇ ਕੋਲ ਗਿਆ ਅਤੇ ਕਿਤੇ ਸਾਨੂੰ ਤਾਂ ਇਹ ਪਤਾ ਲੱਗਿਆ ਵੀ ਉਹਦਾ ਕੈਮਰਾ ਔਨ ਸੀ ਅਤੇ ਇਹਦੇ ਨਾਲ ਜਿਹੜੇ ਉਹ ਗੱਲ ਕਰ ਰਿਹਾ ਸੀ, ਇਹਨਾਂ ਨੇ ਕੈਮਰਾ ਬੰਦ ਕਰਨ ਦੀ ਕੋਸ਼ਿਸ਼ ਕੀਤੀ, ਉਹਦਾ ਕਿਤੇ ਕੈਮਰਾ ਡਿੱਗ ਪਿਆ, ਕੈਮਰਾ ਡਿੱਗਣ ਤੋਂ ਮੋਬਾਈਲ ਦਾ ਸੀਗਾ, ਔਰ ਮੋਬਾਈਲ ਜਦੋਂ ਡਿੱਗਣ ਤੋਂ ਬਾਅਦ ਇਹਨਾਂ ਨੇ ਆਪ ਦੇ ਵਿੱਚ ਹੱਥੋਪਾਈ ਹੋ ਗਏ, ਹੱਥੋਪਾਈ ਦੇ ਵਿੱਚ ਸਰਪੰਚ ਸਾਹਿਬ ਦੀ ਸ਼ਰਟ ਦੇ ਬਟਨ ਟੁੱਟੇ ਹੋਏ ਸੀ, ਅਤੇ ਇੱਕ ਦੂਸਰੇ ਨੇ ਇਹਨਾਂ ਨੇ ਸਾਡੇ ਜਾਣ ਤੋਂ ਪਹਿਲਾਂ ਗੁੱਥਮ ਗੁੱਥੀ ਹੋ ਗਏ ਸੀ ਇੱਕ ਦੂਜੇ ਨੂੰ, ਇਹਨਾਂ ਨੇ ਜੇ ਮਾਰ ਕਟਾਈ ਦੀ ਗੱਲ ਕਰੀ ਕੋਈ ਐਡੀ ਵੱਡੀ ਨਹੀਂ ਹੋਈ, ਅਸੀਂ ਗਏ ਇਹਨਾਂ ਨੂੰ ਫੜ ਕੇ ਦੋਨਾਂ ਨੂੰ ਸਾਈਡ 'ਤੇ ਕਰਤਾ, ਇਹ ਉਹ ਤੋਂ ਸਹੀ ਸਲਾਮਤ ਕਰੀਬ ਬਹੁਤ ਸਾਰੇ ਪਿੰਡਾਂ ਦੇ ਲੋਕ ਨਾਲ ਸਾਹਮਣੇ ਦੁਕਾਨ ਤੋਂ ਸਟਾਫ ਦੇ
ਹੋਰ ਵੀ ਆਦਮੀ ਕਾਫੀ ਸਾਰੇ ਸੀ, ਇਹਨਾਂ ਦੇ ਪਿੰਡਾਂ ਦੇ ਵੀ ਲੋਕ ਸੀਗੇ ਜਿਹੜਾ ਉੱਥੋਂ ਸਹੀ ਸਲਾਮਤ ਆਪਦੇ ਮੋਟਰਸਾਈਕਲ ਤੇ ਐਨ ਸਟਾਰਟ ਕਰਕੇ ਚਲਾ ਗਿਆ। ਬਾਹਰ ਗੇਟ ਦੇ ਕੋਲ ਬੱਕੂ ਸ਼ਾਹ ਪਿੰਡ ਦੇ ਕੋਈ ਬਲਵੰਤ ਸਿੰਘ ਹੈਗਾ ਤੇ ਉਹ ਸਾਹਮਣੇ ਖੜਾ ਸੀ, ਉਹ ਇਹਦੇ ਨਾਲ ਮੋਟਰਸਾਈਕਲ ਤੇ ਗਿਆ। ਅੱਗੇ ਜਾ ਕੇ ਉਹਨਾਂ ਨੇ ਛੜਿਅੰਤਰ ਜਿਹੜਾ ਰਚਿਆ ਹੈ ਰੱਸੀ ਵਾਲਾ, ਉਹ ਡਾਕਟਰ ਸਾਹਿਬ ਤੋਂ ਪੁੱਛਿਆ ਜਾਏ, ਉਹਨਾਂ ਨੂੰ ਵੀ ਪਤਾ ਐਮ ਐਲ ਆਰ ਦੇ ਵਿੱਚ ਵੀ ਰਿਜ਼ਲਟ ਆ ਜਾਏਗਾ ਵੀ ਕਿੰਨੀ ਕੁ ਉਹਦੇ 'ਚ ਸੱਟ ਲੱਗੀ ਜਾਂ ਕੀ ਹੈ। ਉਸ ਤੋਂ ਬਾਅਦ ਸਰਪੰਚ ਸਾਹਿਬ ਨੇ ਆਪਦੇ ਵੱਲੋਂ ਜਿਹੜਾ ਇੱਕ ਐਪਲੀਕੇਸ਼ਨ ਸਿਟੀ ਥਾਣਾ ਫਾਜ਼ਿਲਕਾ ਦਿੱਤੀ ਸੀ ਜਿੱਥੇ ਬਲਕਾਰ ਸਿੰਘ ਉਹਦੀ ਇਨਕੁਆਇਰੀ ਕਰ ਰਹੇ ਸੀ, ਉਹਨਾਂ ਨੇ ਉਹਨੂੰ ਫੋਨ ਕਰਿਆ ਤੇ ਉਸ ਫੋਨ ਤੇ ਉਹਨੂੰ ਪਤਾ ਲੱਗਾ ਵੀ ਮੇਰੇ ਖਿਲਾਫ਼ ਜਿਹੜੀ ਇਹ ਕਾਰਵਾਈ ਹੋਣ ਲੱਗੀ ਹੈ ਤੇ ਉਹ ਜਾ ਕੇ ਜਿਹੜਾ ਐਡਮਿਟ ਹੋ ਗਿਆ। ਕੁਛ ਦਿਨ ਪਹਿਲਾਂ ਵੀ ਇਹਨੇ ਮੇਰੇ ਨਾਲ ਵੀ ਮਿਸਬਿਹੇਵ ਕੀਤਾ ਸੀ, ਜਿਹਦੇ ਤੇ ਮੈਂ ਵੀ ਇੱਕ ਇਹਦੇ ਤੇ ਦਰਖਾਸਤ ਦਿੱਤੀ ਜੋ ਅਜੇ ਵੀ ਪੈਂਡਿੰਗ ਸਿਟੀ ਥਾਣਾ ਫਾਜ਼ਿਲਕਾ ਕਰਨੈਲ ਸਿੰਘ ਏ ਐਸ ਆਈ ਦੇ ਕੋਲ ਮੌਜੂਦ ਹੈ। ਜਿਹੜਾ ਮੇਰਾ ਤਾਂ ਫਿਰ ਇਹਨੇ ਨਾਂ ਲੈਣਾ ਹੀ ਸੀਗਾ। ਇਹ ਬੰਦਾ ਜਿਹੜਾ ਹੈਗਾ ਬਹੁਤ ਹੀ ਜ਼ਿਆਦਾ ਪਿੰਡਾਂ ਦੇ ਵਿੱਚ ਪਾਰਟੀਬਾਜ਼ੀਆਂ ਹਰ ਚੀਜ਼ ਫੈਲਾਉਣ ਵਾਲਾ ਬੰਦਾ ਹੈ। ਇਸ ਬੰਦੇ ਦੇ ਬਾਰੇ ਸਾਰੇ ਫਾਜ਼ਿਲਕਾ ਦੇ ਵਿੱਚ ਕਿਤੇ ਪੁੱਛਿਆ ਜਾਏ ਹਰੇਕ ਨੂੰ, ਅਤੇ ਸਭ ਤੋਂ ਜ਼ਿਆਦਾ ਜਿਹੜਾ ਇਹਦੇ ਖਿਲਾਫ਼ ਜਿਹੜੇ ਮੁਲਾਜ਼ਮ ਨੇ ਜਾਂ ਜ਼ਿੰਮੇਵਾਰ ਬੰਦੇ ਨੇ ਅਤੇ ਸਾਰੇ ਜਿਹੜੇ ਮੋਤਵਰ ਬੰਦੇ ਇਹਦੇ ਖਿਲਾਫ਼ ਜਿਹੜੇ ਖੜ੍ਹੇ ਹੋਣਗੇ। ਕੱਲ੍ਹ ਦੀ ਗੱਲ ਹੈ, ਬਲਜਿੰਦਰ ਸਰਪੰਚ ਮੈਨੂੰ ਮਿਲਿਆ ਸੀ, ਉਸ ਤੋਂ ਪਹਿਲਾਂ ਮੈਂ ਵੀ ਗਿਆ ਸੀ ਉੱਥੇ ਅਤੇ ਮੈਂ ਉਹਨੂੰ ਕਿਹਾ ਆਪਾਂ ਚੱਲੀਏ ਕੰਮ ਸੀ ਕੋਈ ਐਸ ਡੀ ਐਮ ਦਫ਼ਤਰ। ਇਹ ਕਹਿੰਦਾ ਮੇਰੇ ਡੈਡੀ ਦੇ ਨਾਲ ਅੱਖ ਦੇ ਉੱਪਰ ਆਇਆ ਅਤੇ ਮੈਂ ਜਲਦੀ ਘਰੇ ਚੱਲਿਆ, ਮੈਂ ਚਲੋ ਕੱਲ੍ਹ ਮਿਲ ਲਾਂ, ਕੱਲ੍ਹ ਦੋ ਛੁੱਟੀਆਂ ਆ ਜਾਣਗੀਆਂ। ਉਸ ਤੋਂ ਬਾਅਦ ਮੇਰਾ ਜਿਹੜਾ ਮੈਂਬਰ ਸੀ ਇੱਥੇ ਮੌਜੂਦ ਸੀਗਾ, ਉਹ ਮੈਨੂੰ ਮਿਲਿਆ, ਮੈਂ ਉਹਨੂੰ ਪੁੱਛਿਆ ਮੈਂ ਕੀ ਗੱਲ ਹੋਈ, ਉਹਨੂੰ ਮੈਂ ਦੱਸਿਆ ਸੀ ਵੀ ਇਸ ਤਰ੍ਹਾਂ ਪੱਤਰਕਾਰ ਦੇ ਬੋਲੇ ਸੀ। ਮੈਂ ਕਿਹਾ ਕਿਸ ਵਾਸਤੇ? ਉਹ ਕਹਿੰਦਾ ਵੀ ਉਹ ਇਹਨਾਂ ਮੋਬਾਈਲ ਪਾ ਕੇ ਜੇਬ 'ਚ ਚਾਲੂ ਕਰਕੇ ਉਹਨਾਂ ਨਾਲ ਗੱਲਾਂ ਕਰ ਰਹੇ ਸੀ, ਇੱਥੇ ਪਿੰਡ ਗਿਆ ਸੀ, ਉਹਨੂੰ ਕਦੇ ਪਤਾ ਲੱਗ ਗਿਆ ਮੋਬਾਈਲ ਚਲਾ ਕੇ ਕਰਦਾ। ਉਹ ਕਹਿੰਦਾ ਤੂੰ ਜੋ ਸਰਕਾਰ ਕਰੇਗੀ ਮੈਂ ਕੰਮ ਕੀਤਾ, ਜੇ ਅਫਸਰ ਦੇਖਣਗੇ ਉਹਦਾ ਤੂੰ ਖਬਰ ਲਾਤੀ ਕੋਈ ਗੱਲ ਨਹੀਂ। ਉਹ ਜਦੋਂ ਉਹਨੂੰ ਪਤਾ ਲੱਗਿਆ ਉਹ ਉਹਨੂੰ ਕੱਢਿਆ ਨਾ ਮੋਬਾਈਲ, ਉਹ ਡਿੱਗਿਆ, ਉਹ ਬਲਿੰਦਰ ਸਿੰਘ ਚੱਕ ਕੇ ਦੇਖਿਆ ਉਹ ਚੱਲੀ ਜਾਂਦਾ ਸੀ। ਉੱਥੇ ਮਾੜੇ ਮੋਟੇ ਕਦੇ ਹੱਥਾਂ ਪਾਈ ਹੋਏ ਹੈ ਅਤੇ ਸਰਪੰਚ ਹੋਰ ਵੀ ਸੀ, ਇਹਨਾਂ ਫੜਾ ਕੇ ਛਡਾਤਾ ਉਹ ਕੋਈ ਰੱਸੀ ਵਾਲੀ, ਉਹ ਤਾਂ ਫਿਰ ਗੱਲ ਹੈ ਹੀ ਨਹੀਂ। ਠੀਕ ਹੈ।